ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਰੋਪੜ ਦੀ ਜੇਲ੍ਹ ਦਾ ਮੁਆਇਨਾ ਕੀਤਾ ਗਿਆ। ਇਸ ਜੇਲ੍ਹ ਦੇ ਵਿੱਚ ਬੰਦ ਮਹਿਲਾਵਾਂ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਵੱਲੋਂ ਜੇਲ੍ਹ ਵਿੱਚ ਵੱਖ ਵੱਖ ਮੁਕੱਦਮਿਆਂ ਅਧੀਨ ਸਜ਼ਾ ਕੱਟ ਰਹੀਆਂ ਅਤੇ ਵਿਚਾਰੀ ਅਧੀਨ ਮਾਮਲਿਆਂ ਦੇ ਬਾਬਤ ਜੇਲ੍ਹ ਵਿੱਚ ਮੌਜੂਦ ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਨੂੰ ਜੇਲ੍ਹ ਦੇ ਅੰਦਰ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਸਹੂਲਤਾਵਾਂ ਮਿਲ ਰਹੀਆਂ ਨੇ, ਇਸ ਬਾਬਤ ਜਾਣਕਾਰੀ ਵੀ ਲਈ ਗਈ ਹੈ। ਬਿਊਰੋ ਰਿਪੋਰਟ ਲੁਧਿਆਣਾ ਲਾਈਵ। ਦੇਖੋ, ਮੇਰਾ ਮਕਸਦ ਜੇਲ੍ਹ 'ਚ ਇਹ ਸੀਗਾ, ਆਉਣ ਦਾ ਪਹਿਲਾ ਮਕਸਦ ਸੀ ਕਿ ਜੋ ਵੀ ਫੈਸਿਲਿਟੀਜ਼ ਹੈਗੀਆਂ ਸਾਡੀਆਂ ਨੈਸ਼ਨਲ ਮੈਨੂਅਲ ਦੇ ਹਿਸਾਬ ਦੇ ਨਾਲ ਪ੍ਰਿਜ਼ਨ ਦੇ, ਕਿ ਉਹ ਪੂਰੀਆਂ ਲਾਗੂ ਹੈ ਕਿ ਨਹੀਂ ਹੈਗੀਆਂ। ਐਂਡ ਸੈਕਿੰਡਲੀ, ਜਿਹੜੀਆਂ ਵੀ ਵਿਮਨ ਇਨਮੇਟਸ ਹੈਗੀਆਂ ਨੇ, ਉਹਨਾਂ ਦੇ ਲਈ ਜਿਹੜੀਆਂ ਪ੍ਰੈਗਨੈਂਟ ਵਿਮਨ ਨੇ ਜਾਂ ਜਿਹੜੇ ਬੱਚਿਆਂ ਦੇ ਨਾਲ ਵਿਮਨ ਨੇ, ਉਹਨਾਂ ਦੇ ਲਈ ਕਿੱਦਾਂ ਦੀਆਂ ਹੈਲਥ ਦੀਆਂ ਫੈਸਿਲਿਟੀਜ਼ ਜਾਂ ਉਹਨਾਂ ਦੀਆਂ ਬੱਚਿਆਂ ਦੇ ਖੇਡ ਦੀਆਂ ਜਾਂ ਐਜੂਕੇਸ਼ਨ ਦੀਆਂ ਕੀ ਫੈਸਿਲਿਟੀਜ਼ ਨੇ। ਅਤੇ ਜੋ ਮੈਂ ਇੱਥੇ ਆ ਕੇ ਦੇਖਿਆ, ਪਹਿਲੀ ਗੱਲ ਤਾਂ ਜਿਸ ਚੀਜ਼ ਨਾਲ ਮੈਂ ਜ਼ਿਆਦਾ ਇੰਪ੍ਰੈਸ ਹੋਈ ਹਾਂ ਉਹ ਕਿ ਕਲੀਨਨੈਸ ਬਹੁਤ ਹੈ, ਸਾਫ਼ ਸਫਾਈਆਂ ਬਹੁਤ ਹੈ, ਚਾਹੇ ਜੇਲ੍ਹ ਦੇ ਸੈੱਲ ਦਾ ਲੈ ਲਓ ਅਤੇ ਚਾਹੇ ਜੇਲ੍ਹ ਦੇ ਬਾਹਰ ਦਾ ਲੈ ਲਓ। ਅਤੇ ਬਾਕੀ ਫਿਰ ਕੁਛ ਕਲਚਰਲ ਪ੍ਰੋਗਰਾਮ ਵੀ ਅਰੇਂਜ ਕੀਤਾ ਸੀਗਾ ਜਿਹੜੀਆਂ ਵਿਮਨ ਦੀਆਂ ਹੈਗੀਆਂ ਨੇ, ਇਨਮੇਟਸ ਹੈਗੇ ਨੇ, ਬਹੁਤ ਚੰਗਾ ਲੱਗਿਆ। ਏਜ ਗਰੁੱਪ ਜਿਹੜਾ ਹੈਗਾ ਵਿਮਨ ਦਾ, ਮੈਂ ਦੇਖਿਆ ਫਰੋਮ ਵੈਰੀ ਓਲਡ ਏਜ, ਫਰੋਮ 70 to 18 ਤੱਕ ਵੀ ਹੈਗੀਆਂ ਨੇ ਇੱਥੇ ਗਰਲਸ। ਅਤੇ ਕੁਛ ਜਿਹੜੀਆਂ ਇਨਮੇਟਸ ਨੇ ਉਹਨਾਂ ਨਾਲ ਮੈਂ 1-to-1 ਗੱਲ ਕੀਤੀ, ਹਰ ਇੱਕ ਇਨਮੇਟ ਨਾਲ ਗੱਲ ਕੀਤੀ ਹੈ ਮੈਂ ਵਿਮਨ ਦੇ ਨਾਲ। ਅਤੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਨੇ ਕਿ ਸਾਨੂੰ ਪਾਇਆ ਗਿਆ ਹੈ ਪਰ ਸਾਡੇ ਜਿਹੜਾ ਟ੍ਰਾਇਲ ਆ ਹਾਲੇ ਤੱਕ ਬਹੁਤ ਲੇਟ ਹੋ ਰਿਹਾ ਹੈ, ਠੀਕ ਹੈ। ਔਰ ਕੁਛ ਕ੍ਰਾਈਮ ਮਾਈਨਰਸ ਨੇ, ਕੁਛ ਕ੍ਰਾਈਮ ਬਿਲਕੁਲ ਵੀ ਉਹਨਾਂ ਦਾ ਕਸੂਰ ਨਹੀਂ ਆ। ਉਹਨਾਂ 'ਚੋਂ ਲੜਕੀਆਂ ਆਈਆਂ ਕੋਈ 30-32 ਦੇ ਕਰੀਬ, ਉਹ ਕਿਸੇ ਕੰਪਨੀ 'ਚ ਕੰਮ ਕਰਦੀਆਂ ਸੀ, ਜੋ ਕੰਪਨੀ ਨੇ ਗਲਤ ਕੰਮ ਕੀਤੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ, ਪਰ ਉਹਨਾਂ ਨੂੰ ਵੀ ਚੱਕਿਆ ਗਿਆ ਹੈ ਅਤੇ ਉਹ ਇੱਥੇ ਹੈਗੀਆਂ ਨੇ, ਉਹਨਾਂ ਦਾ ਟ੍ਰਾਇਲ ਚੱਲ ਰਿਹਾ ਹੈ। ਬਾਕੀ ਹੈ ਪ੍ਰੈਗਨੈਂਟ ਵਿਮਨ ਹੈਗੀਆਂ ਨੇ 2, ਜਿਹੜੀਆਂ ਕਿਸੇ ਦਾ 7th ਮੰਥ ਹੈ ਅਤੇ ਕਿਸੇ ਦਾ 6th ਮੰਥ ਹੈ। ਉਹਨਾਂ 'ਚੋਂ ਇੱਕ ਪ੍ਰੈਗਨੈਂਟ ਗਰਲ ਹੈਗੀ ਆ ਜਿਹੜੀ, ਉਹ ਕਹਿੰਦੀ ਕਿ ਮੈਂ ਅਬੋਰਸ਼ਨ ਕਰਾਉਣਾ, ਮੈਂ ਬੱਚਾ ਨਹੀਂ ਰੱਖਣਾ। ਮਗਰ ਉਸ ਦੇ ਲਈ ਮੈਨੂੰ ਸਾਹਿਬ ਨੇ ਦੱਸਿਆ ਆ ਕਿ ਫੈਮਿਲੀ ਦੀ ਇਜਾਜ਼ਤ ਦੇ ਬਿਨਾਂ ਉਹ ਨਹੀਂ ਹੋ ਸਕਦਾ, ਅਤੇ ਉਹ ਫੈਮਿਲੀ ਨੂੰ ਕੋਂਟੈਕਟ ਕੀਤਾ ਗਿਆ ਇਸ ਟਾਈਮ ਦੇ ਉੱਤੇ, ਔਰ ਉਹਨਾਂ ਦੀ ਜਿਹੜੀ ਆ ਇਜਾਜ਼ਤ ਲੈ ਕੇ ਫਿਰ ਉਸਦਾ ਜਿਹੜਾ ਅੱਗੇ ਪ੍ਰੋਸੈਸ ਹੋਏਗਾ ਉਹ ਕਰਨਗੇ। ਮੇਨਲੀ ਜਿਹੜਾ ਵਿਮਨ ਦਾ ਮੈਨੂੰ ਪ੍ਰੋਬਲਮ ਜਿਹੜੀ ਉਹਨਾਂ ਨੇ ਮੈਨੂੰ ਦੱਸੀ ਹੈ ਉਹ ਹੈਗੀ ਆ ਕਿ ਜ਼ਿਆਦਾਤਰ ਮੈਨੇ ਬੜੀ ਹੈਰਾਨਗੀ ਵੀ ਹੋਈ ਹੈ ਕਿ NDPS ਐਕਟ ਦੇ ਥੱਲੇ ਵਿਮਨ ਆਈਆਂ ਹੋਈਆਂ ਨੇ, ਔਰ ਇਹ ਬੜੀ ਹੈਰਾਨਗੀ ਦੀ ਗੱਲ ਹੈ। ਇਹ ਜਿਹੜਾ ਹੋਣਾ ਹੀ ਨਹੀਂ ਚਾਹੀਦਾ ਕਿ ਗਰਲ ਲੇਡੀਜ਼ ਜਿਹੜੀਆਂ ਨੇ ਉਹ ਐਸੇ ਜਿਹੇ ਕ੍ਰਾਈਮ ਦੇ ਅੰਦਰ ਪੈ ਕੇ ਅੰਦਰ ਆਈਆਂ ਹੋਈਆਂ ਨੇ। ਔਰ ਜੋ ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਕਿ ਸਾਨੂੰ ਛੇਤੀ ਤੋਂ ਛੇਤੀ ਜਿਹੜਾ ਟ੍ਰਾਇਲ ਪੀਰੀਅਡ ਹੈ ਉਹ ਘਟਾਇਆ ਜਾਣਾ ਚਾਹੀਦਾ ਸਾਡਾ। ਔਰ ਬਾਕੀ ਮੈਂ ਦੇਖਿਆ ਖਾਣਾ ਚੈੱਕ ਕੀਤਾ, ਖਾਣਾ ਵਾਜ਼ ਵੈਰੀ ਗੁੱਡ, ਅੱਛਾ ਸੀਗਾ ਖਾਣਾ। ਔਰ ਜਿਹੜੇ ਇਨਮੇਟ ਦੂਜੇ ਨੇ, ਹਾਈ ਸਿਕਿਉਰਿਟੀ ਇਨਮੇਟਸ ਆ, ਉਹਨਾਂ ਨਾਲ ਵੀ ਮਿਲੀ ਹਾਂ, ਅਤੇ ਜਿਹੜੇ ਦੂਜੇ ਨੋਰਮਲ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਮਿਲੀ ਹਾਂ। ਮੈਡੀਕਲ ਫੈਸਿਲਿਟੀਜ਼ ਬਿਲਕੁਲ ਅੱਛੀਆਂ ਨੇ, ਲੇਕਿਨ ਇਹਨਾਂ ਦੇ ਕੋਲ ਜਿਹੜੀ ਡੈਂਟਲ ਫੈਸਿਲਿਟੀ ਆ ਉਹ ਬਿਲਕੁਲ ਵੀ ਨਹੀਂ ਹੈਗੀ, ਜਿੱਦਾਂ ਉਹਨਾਂ ਦੀ ਜਿਹੜੀ ਡੈਂਟਲ ਚੇਅਰ ਹੁੰਦੀ ਹੈ ਉਹ ਉਹਨਾਂ ਨੂੰ ਚਾਹੀਦੀ ਹੈ। ਔਰ ਜਿਹੜੀ ਮੈਨੂੰ ਕਮੀ ਨਜ਼ਰ ਆ ਰਹੀ ਹੈ ਜਿਹੜੀ ਕਿ ਮੰਨ ਦੇ ਵੀ ਆਪ ਹੈਗੇ ਨੇ ਕਿ ਓਵਰ ਕਰਾਊਡਡ ਹੈ, ਠੀਕ ਹੈ। ਜਿੱਥੇ ਇਨਮੇਟ ਸਿਰਫ 20 ਰੱਖਣੇ ਚਾਹੀਦੇ ਨੇ, 25 ਰੱਖਣੇ ਚਾਹੀਦੇ ਨੇ, ਉੱਥੇ 75-80 ਰੱਖੇ ਹੋਏ ਨੇ। ਔਰ ਇੰਨੀ ਗਰਮੀ ਹੈ, ਔਰ ਜਿਸ 'ਚ ਪ੍ਰੈਗਨੈਂਟ ਵਿਮਨ ਵੀ ਆ, ਓਲਡ ਵਿਮਨ ਵੀ ਹੈਗੀਆਂ ਨੇ, ਔਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਇੰਨੀ ਗਰਮੀ ਦੇ ਅੰਦਰ ਕੁਛ ਫੈਸਿਲਿਟੀ ਜ਼ਰੂਰ ਕ੍ਰੀਏਟ ਕਰਨੀ ਚਾਹੀਦੀ ਹੈ, ਚਾਹੇ ਕੂਲਰ ਹੀ ਲਗਾਉਣ, ਚਾਹੇ ਕੁਛ ਲਗਾਉਣ। ਇੱਕ ਸੈੱਲ ਜਿਹਦੇ ਅੰਦਰ 20 ਰਹਿਣੀਆਂ ਚਾਹੀਦੀਆਂ, ਉਹਦੇ ਅੰਦਰ 50-50 ਪਾਈਆਂ ਹੋਈਆਂ ਨੇ। ਸੋ ਦੈਟ ਇਜ਼ ਵੈਰੀ ਬੈਡ। ਉਹ ਅਸੀਂ ਦੇਖਾਂਗੇ, ਟੇਕਅਪ ਵੀ ਕਰਾਂਗੇ। ਆਪ ਵੀ ਮੰਨਦੇ ਨੇ ਕਿ ਓਵਰ ਕਰਾਊਡਡ ਨੇ ਸਾਡੀਆਂ ਪ੍ਰਿਜ਼ਨਸ, ਔਰ ਜਿਹੜੀਆਂ ਡੈਂਟਲ ਕੇਅਰ ਆ ਉਹ ਬਿਲਕੁਲ ਨਹੀਂ ਹੈਗੀ, ਉਹ ਵੀ ਹੋਣੀ ਚਾਹੀਦੀ ਆ। ਸੋ ਇਹੋ ਜਿਹੀਆਂ ਛੋਟੀਆਂ ਸੀਗੀਆਂ ਜਿਹੜੀਆਂ ਗੱਲਾਂ ਉਹ ਹੈਗੀਆਂ ਨੇ। ਔਰ ਮੈਂ ਪੂਰਾ ਡਾਟਾ ਲਿਆ ਆ ਕਿ ਕਿੰਨੇ ਇਨਮੇਟਸ ਨੇ, ਕਿੰਨੇ ਅੰਡਰ ਟ੍ਰਾਇਲ ਨੇ, ਕਿਹਨਾਂ ਦੇ ਟ੍ਰਾਇਲ ਹੋ ਚੁੱਕੇ ਨੇ, ਕਿਹੜੇ ਕੰਵਿਕਟ ਹੋ ਚੁੱਕੇ ਨੇ। ਕੋਸ਼ਿਸ਼ ਇਹੀ ਹੋਏਗੀ ਕਿ ਜਿਹੜੇ ਜਲਦੀ ਪ੍ਰੋਸੈਸ ਜਿਹੜਾ ਖਤਮ ਕਰਵਾਇਆ ਜਾਵੇ। ਕਿੰਨੀਆਂ ਟੋਟਲ ਸੀਗੀਆਂ ਜਿਹਦੇ ਅੰਦਰ? 75
ਪੂਰੇ ਪੰਜਾਬ ਦੇ ਔਰ ਜਿੱਥੇ ਤੱਕ ਹੋ ਸਕੇਗਾ ਜਿਹੜੀਆਂ ਅੰਡਰ ਟ੍ਰਾਇਲ ਨੇ ਹਲੇ ਉਹ ਛੇਤੀ ਕੀਤਾ ਜਾਵੇ ਕਿਉਂਕਿ ਕਈ ਮੈਂ ਦੇਖਿਆ ਨੇ ਤਿੰਨ ਤਿੰਨ ਸਾਲਾਂ ਤੋਂ ਅੰਦਰ ਨੇ ਹਲੇ ਟ੍ਰਾਇਲ ਨਹੀਂ ਸ਼ੁਰੂ ਹੋਈ ਉਹ ਜਿਹੜੇ ਉਹ ਠੀਕ ਗੱਲ ਨਹੀਂ ਹੈ ਔਰ ਕੁਛ ਕੁੜੀਆਂ ਨੇ ਜਿਹੜੀਆਂ ਪੜ੍ਹੀ ਲਿਖੀਆਂ ਨੇ ਜਿੱਦਾਂ ਕਿ ਇੱਕ ਮੈਂ ਮਿਲੀਆਂ ਜਿਹੜੀ ਉਹ ਇੰਜੀਨੀਅਰਿੰਗ ਕਰ ਰਹੀ ਹੈ ਬੀਕੌਮ ਕਰ ਰਹੀ ਹੈ ਇਹ ਜਿਹੜੀਆਂ ਕੁੜੀਆਂ ਦੇ ਥੋੜ੍ਹੇ ਜਿਹੇ ਕ੍ਰਾਈਮ ਦੇ ਜਿਹੜੀਆਂ ਅੰਦਰ ਆਉਂਦੀਆਂ ਨੇ ਫਿਰ ਜੇ ਟ੍ਰਾਇਲ ਇਹਨਾਂ ਦਾ ਠੀਕ ਜਲਦੀ ਨਹੀਂ ਹੋਣਗੇ ਉਹ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਪੜ੍ਹਾਈ ਖਰਾਬ ਹੋ ਜਾਂਦੀ ਹੈ ਉਹਨਾਂ ਦੀ ਥੈਂਕ ਯੂ ਕੋਸ਼ਿਸ਼ ਹੈ ਨਾ ਕਰਨ ਦਿਓ ਅਤੇ ਇਹ ਜਿਹੜਾ ਪ੍ਰੋਸੈਸ ਹੈ ਮੈਂ ਇਹੀ ਕਰੂੰਗੀ ਕੋਸ਼ਿਸ਼ ਜਲਦੀ ਤੋਂ ਜਲਦੀ ਹੋ ਜਾਏ ਮੈਂ ਜੀ ਮੈਂ ਆਪਣੇ ਵਿਜ਼ਿਟ ਦੀ ਗੱਲ ਕਰ ਰਹੀ ਹਾਂ ਇਸ ਟਾਈਮ ਤੇ ਵਿਜ਼ਿਟ ਦੀ ਉਹ ਗੱਲ ਹੈ ਤੁਸੀਂ ਅੰਦਰ ਪੁੱਛਿਆ ਹੋਵੇਗਾ ਉਹ ਤਾਂ ਲੇਟ ਹਲੇ ਤੱਕ ਉਹ ਕਹਿੰਦੇ ਜਦੋਂ ਤੋਂ ਉਹ ਆਏ ਨੇ ਇੱਥੇ ਜਦੋਂ ਤੋਂ ਉਹ ਆਏ ਨੇ ਇੱਥੇ ਕਹਿੰਦੇ ਨੇ ਕਿ ਇਹ ਹਲੇ ਨਹੀਂ ਹੋਇਆ ਬਿਲਕੁਲ ਠੀਕ ਨਜ਼ਰ ਆਈ ਹੈ ਜਿੱਥੋਂ ਤੱਕ ਚੈੱਕ ਕੀਤਾ ਖਾਣਾ ਬਿਲਕੁਲ ਠੀਕ ਹੈ ਸਫਾਈ ਬਹੁਤ ਠੀਕ ਹੈ ਲੈ ਕੇ ਆਈ ਟੋਲਡ ਯੂ ਕਿ ਓਵਰ ਕਰਾਊਡਡ ਕਰਕੇ ਜਿਹੜਾ ਉਹ ਠੀਕ ਗੱਲ ਨਹੀਂ ਹੈ ਬਿਲਕੁਲ ਵੀ ਇਹ ਏਦਾਂ ਨਹੀਂ ਹੋਇਆ ਕਿਤੇ 20 ਦੀ ਕਪੈਸਿਟੀ ਹੋਵੇ ਜਿੱਥੇ 75 ਪਾਇਆ ਹੁਣ 80 ਪਾਈਆ ਹੁਣ ਉਹ ਠੀਕ ਨਹੀਂ ਹੈ ਸ਼ਿਕਾਇਤ ਦਾ ਮਤਲਬ ਸ਼ਿਕਾਇਤ ਹੀ ਹੈ ਜੀ ਕਿ ਜਿਹੜਾ ਓਵਰ ਕਰਾਊਡ ਇੰਨਾ ਕੀਤਾ ਹੋਇਆ ਤੇ ਇਨਮੇਟਸ ਬਿਲਕੁਲ ਇੰਨਾ ਸੱਟ ਕੇ ਇੱਕ ਦੂਜੇ ਦੇ ਨਾਲ ਬੈਠੇ ਹੋਏ ਨੇ ਤੇ ਗਰਮੀ ਦਾ ਟਾਈਮ ਹੈ ਕੁਛ ਫੈਸਿਲਿਟੀ ਹੋਣੀ ਚਾਹੀਦੀ ਹੈ।